ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ। ਸੋ ਅੱਜ ਆ ਸ਼ਾਮ ਦਾ ਟਾਈਮ ਤੇ ਮੰਮੀ ਕਹਿੰਦੇ ਕਿ ਆ ਬਣਾ ਲਓ। ਸੋ ਮੈਂ ਅੱਜ ਬਣਾਉਣ ਲੱਗੀ ਆ ਘੀਆ ਦੀ ਸਬਜ਼ੀ ਤੇ ਦੋ ਛੋਟੇ ਛੋਟੇ ਘੀਏ ਲਏ ਆ, ਕਿਉਂਕਿ ਇਹ ਘੀਏ ਦੀ ਸਬਜ਼ੀ ਜਿਹੜੀ ਮੰਮੀ ਵਾਸਤੇ ਬਣਨ ਲੱਗੀ ਆ, ਸਾਡੇ ਆਪਣੇ ਜੋਗੀ ਜਿਹੜੀ ਸਬਜ਼ੀ ਉਹ ਬਣੀ ਹੋਈ ਆ। ਜਦੋਂ ਨਾ ਮੈਂ ਘੀਆ ਛਿੱਲਣ ਲੱਗੀ ਤੇ ਮੈਨੂੰ ਨਾ ਇੱਕਦਮ ਦਿਮਾਗ ਵਿੱਚ ਆਇਆ ਕਿ ਉਹਨਾਂ ਅੱਜ ਘੀਏ ਦੀਆਂ ਛਿੱਲੜਾਂ ਦੀ ਸਬਜ਼ੀ ਬਣਾ ਲਈ ਜਾਵੇ। ਅੱਗੇ ਵੀ ਮੈਂ ਕਈ ਵਾਰੀ ਮਤਲਬ ਕਿ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਕਈ ਵਾਰੀ ਮੈਂ ਛਿੱਲੜਾਂ ਮਤਲਬ ਕਿ ਘੀਏ ਨੂੰ ਛਿੰਨ ਕੇ ਛਿੱਲੜਾਂ ਫਰਿੱਜ ਵਿੱਚ ਰੱਖ ਦਿੰਦੀ ਸੀ, ਬਾਅਦ ਚੋਂ ਜਿਹੜੀਆਂ ਉਹ ਛਿੱਲੜਾਂ ਸੀ ਕਾਲੀਆਂ ਹੋ ਜਾਂਦੀਆਂ ਸੀ, ਸੋ ਸੁੱਟ ਦਿੰਦੀ ਸੀ। ਅੱਜ ਘੀਆ ਬਹੁਤ ਹੀ ਫਰੈਸ਼ ਸੀਗਾ, ਸੋ ਮੈਂ ਉਹਦੀਆਂ ਛਿੱਲੜਾਂ ਨੂੰ ਉਸੇ ਵੇਲੇ ਇੱਕ ਟੋਕਰੀ ਵਿੱਚ ਪਾ ਕੇ, ਜਦੋਂ ਮੈਂ ਛਿੱਲਿਆ ਨਾ ਉਦੋਂ ਹੀ ਮੈਂ ਟੋਕਰੀ ਵਿੱਚ ਪਾ ਕੇ ਧੋ ਕੇ ਪਾਣੀ ਵਿੱਚ ਡਿਪ ਕਰਕੇ ਰੱਖ ਦਿੱਤਾ, ਕਿਉਂਕਿ ਮੈਂ ਪਹਿਲਾਂ ਘੀਆ ਬਣਾਉਣਾ ਸੀਗਾ। ਫਿਰ ਮੈਂ ਕਿਹਾ ਉਨੀ ਦੇਰ ਵਿੱਚ ਜਿਹੜੀਆਂ ਛਿੱਲੜਾਂ ਆ ਉਹ ਕਾਲੀਆਂ ਨਾ ਹੋ ਜਾਣ, ਸਭ ਤੋਂ ਪਹਿਲਾਂ ਮੈਂ ਜਿਹੜਾ ਘੀਆ ਬਣਾਉਂਗੀ। ਤੇ ਸੋ ਮੈਂ ਘੀਏ ਨੂੰ ਜਿਹੜਾ ਆ ਛੋਟੇ ਛੋਟੇ ਪੀਸਿਸ ਵਿੱਚ ਕੱਟ ਲਿਆ ਆ। ਘੀਏ ਦੀਆਂ ਛਿੱਲੜਾਂ ਦੀ ਸਬਜ਼ੀ ਮੈਂ ਪਹਿਲਾਂ ਆਪਣੀ ਮੈਰਿਜ ਤੋਂ ਪਹਿਲਾਂ ਜਿਹੜੀ ਸੀ ਦੋ ਤਿੰਨ ਵਾਰ ਬਣਾਈ ਸੀਗੀ। ਹਰ ਕਿਸੇ ਦਾ ਆਪੋ ਆਪਣਾ ਟੇਸਟ ਹੁੰਦਾ ਆ, ਬਟ ਮੈਨੂੰ ਤੇ ਬਹੁਤ ਟੇਸਟੀ ਲੱਗੀ ਸੀਗੀ ਤੇ ਆਪਣੇ ਸਹੁਰੇ ਘਰ ਮੈਂ ਅੱਜ ਪਹਿਲੀ ਵਾਰੀ ਬਣਾਉਣ ਲੱਗੀ ਸੀਗੀ ਤੇ ਮੈਂ ਸੋਚਿਆ ਚਲੋ ਵੇਖਦੇ ਹਾਂ ਕਿਸੇ ਨੂੰ ਪਸੰਦ ਆਉਂਦੀ ਆ ਕਿ ਨਹੀਂ ਆਉਂਦੀ। ਤੇ ਘੀਏ ਨੂੰ ਜਿਹੜਾ ਮੈਂ ਕੱਟ ਕੇ ਇੱਕ ਡੂੰਘੇ ਵਿੱਚ ਪਾ ਲਿਆ ਆ ਤੇ ਇਹਨੂੰ ਮੈਂ ਪਾਣੀ ਵਿੱਚ ਡਿਪ ਕਰਕੇ ਰੱਖ ਦੇਣਾ ਆ, ਕਿਉਂਕਿ ਤੁਹਾਨੂੰ ਪਤਾ ਹੀ ਆ ਘੀਆ ਬਹੁਤ ਜਲਦੀ ਕਾਲਾ ਹੋ ਜਾਂਦਾ ਆ। ਇੱਧਰ ਮੈਂ ਪਿਆਜ਼ ਵੀ ਬਰੀਕ ਬਰੀਕ ਕੱਟ ਲਏ ਆ। ਸੋ ਕੁੱਕਰ ਜਿਹੜਾ ਮੈਂ ਧੋ ਲਿਆ ਆ, ਮੈਂ ਜਦੋਂ ਵੀ ਭਾਂਡਾ ਕੋਈ ਯੂਜ਼ ਕਰਦੀ ਹਾਂ ਨਾ ਉਹਨੂੰ ਇੱਕ ਵਾਰੀ ਪਾਣੀ ਨਾਲ ਧੋ ਕੇ ਫਿਰ ਹੀ ਯੂਜ਼ ਕਰਦੀ ਹਾਂ, ਭਾਵੇਂ ਕਿ ਭਾਂਡੇ ਧੋ ਕੇ ਰੱਖੇ ਹੁੰਦੇ ਆ, ਬਟ ਫਿਰ ਵੀ ਉਹਨੂੰ ਇੱਕ ਵਾਰੀ ਪਾਣੀ ਨਾਲ ਧੋ ਕੇ ਯੂਜ਼ ਕਰਨਾ ਹੁੰਦਾ ਆ। ਪਿਆਜ਼ ਜਿਹੜਾ ਉਹ ਭੁੱਜ ਗਿਆ ਆ ਤੇ ਮੈਂ ਉਹਦੇ ਵਿੱਚ ਟਮਾਟਰ ਤੇ ਹਰੀ ਮਿਰਚ ਵੀ ਪਾ ਦਿੱਤੀ ਆ। ਘੀਏ ਵਿੱਚ ਜਦੋਂ ਆਪਾਂ ਵੜੀ ਪਾਉਂਦੇ ਆ ਨਾ ਤੇ ਘੀਏ ਦਾ ਟੇਸਟ ਹੋਰ ਵੱਧ ਜਾਂਦਾ ਆ, ਬਟ ਅੱਜ ਮੈਂ ਜਿਹੜੀ ਆ ਉਹ ਵੜੀ ਨਹੀਂ ਪਾਈ, ਸਿੰਪਲ ਹੀ ਤੜਕਾ ਲਾਇਆ ਆ। ਪਹਿਲਾਂ ਤੇਲ ਪਾਇਆ, ਫਿਰ ਉਹਦੇ ਵਿੱਚ ਪਿਆਜ਼ ਭੁੰਨ ਦਿੱਤਾ, ਫਿਰ ਟਮਾਟਰ ਤੇ ਹਰੀ ਮਿਰਚ ਪਾ ਦਿੱਤੀ, ਫਿਰ ਰੂਟੀਨ ਦੇ ਮਸਾਲੇ ਨਮਕ ਹਲਦੀ ਦੇਗੀ ਮਿਰਚ ਤੇ ਗਰਮ ਮਸਾਲਾ ਪਾ ਦਿੱਤਾ। ਘੀਏ ਨੂੰ ਮੈਂ ਵਿੱਚ ਪਾ ਦਿੱਤਾ ਆ ਕੁੱਕਰ ਵਿੱਚ ਤੇ ਹੁਣ ਮੈਂ ਕੁੱਕਰ ਦਾ ਜਿਹੜਾ ਢੱਕਣ ਆ ਉਹ ਬੰਦ ਕਰ ਦੇਣਾ ਆ। ਜਦੋਂ ਇਹਦੇ ਵਿੱਚ ਇੱਕ ਵਿਸਲ ਆਊਗੀ ਨਾ ਫਿਰ ਗੈਸ ਆਫ ਕਰਕੇ ਕੁੱਕਰ ਦਾ ਢੱਕਣ ਖੋਲ ਕੇ ਤੇ ਅਗਰ ਪਾਣੀ ਹੋਇਆ ਤੇ ਜਿਹੜਾ ਇਹਨੂੰ ਮਤਲਬ ਕਿ ਇੱਕ ਵਾਰੀ ਫਿਰ ਜਿਹੜਾ ਰਿੰਨ ਲਾਂਗੇ ਤੇ ਘੀਏ ਦੀ ਸਬਜ਼ੀ ਜਿਹੜੀ ਤਿਆਰ ਹੋ ਜਾਣੀ ਆ। ਘੀਏ ਵਿੱਚ ਪਾਣੀ ਜਿਹੜਾ ਬਿਲਕੁਲ ਨਹੀਂ ਪੈਂਦਾ ਕਿਉਂਕਿ ਉਹ ਆਪਣੇ ਆਪ ਪਾਣੀ ਰਿਲੀਜ਼ ਕਰ ਦਿੰਦਾ ਆ। ਸੋ ਇੱਧਰ ਜਿਹੜੀਆਂ ਘੀਏ ਦੀਆਂ ਛਿੱਲੜਾਂ ਆ ਇਹਨਾਂ ਨੂੰ ਮੈਂ ਛੋਟੇ ਛੋਟੇ ਪੀਸਿਸ ਵਿੱਚ ਕੱਟ ਲਿਆ ਆ, ਬਿਲਕੁਲ ਛੋਟੇ ਛੋਟੇ ਪੀਸਿਸ ਵਿੱਚ ਕੱਟਣਾ ਆ। ਤੇ ਨਾਲ ਹੀ ਮੈਂ ਜਿਹੜਾ ਇੱਕ ਆਲੂ ਵੀ ਲੈ ਲਿਆ ਆ, ਜਿੰਨੀਆਂ ਕੁ ਛਿੱਲੜਾਂ ਸੀਗੀਆਂ ਉਹਦੇ ਅਕੋਰਡਿੰਗ ਮੈਂ ਇੱਕ ਆਲੂ ਲਿਆ ਤੇ ਆਲੂ ਨੂੰ ਵੀ ਮੈਂ ਛੋਟਾ ਛੋਟਾ ਕੱਟ ਲਿਆ, ਜਿਵੇਂ ਆਪਾਂ ਤੜਕੇ ਵਾਲਾ ਪਿਆਜ਼ ਕੱਟਦੇ ਹਾਂ ਨਾ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਆ ਮਤਲਬ ਕਿ ਜਿਹੜਾ ਮੈਂ ਆਲੂ ਆ ਇਹਨੂੰ ਵੀ ਕੱਟ ਲਿਆ ਆ, ਬਿਲਕੁਲ ਜਿਵੇਂ ਪਿਆਜ਼ ਕੱਟੀਦਾ ਉਵੇਂ ਛੋਟਾ ਛੋਟਾ।
ਸੋ ਕਟਿੰਗ ਜਿਹੜੀ ਆ ਉਹ ਹੋ ਗਈ ਆ ਤੇ ਹੁਣ ਰੱਖੀ ਆ ਗੈਸ ਉੱਪਰ ਕੜਾਈ ਤੇ ਉਹਦੇ ਵਿੱਚ ਪਾਇਆ 2 ਚਮਚ ਸਰੋਂ ਦਾ ਤੇਲ ਤੇ ਜਦੋਂ ਤੇਲ ਗਰਮ ਹੋ ਗਿਆ ਉਹਦੇ ਵਿੱਚ ਪਾ ਦਿੱਤਾ 1 ਚਮਚ ਜੀਰੇ ਦਾ ਤੇ ਅੱਧਾ ਚਮਚ ਜਿਹੜਾ ਉਹ ਆਮਚੂਰ ਪਾਊਡਰ ਦਾ। ਇਹਦੇ ਵਿੱਚ ਕੋਈ ਪਿਆਜ਼ ਨਹੀਂ ਪਾਉਣਾ, ਅਗਰ ਤੁਸੀਂ ਚਾਹੋ ਤੇ ਇਹਨੂੰ ਪਿਆਜ਼ ਦਾ ਤੜਕਾ ਵੀ ਲਗਾ ਸਕਦੇ ਹੋ, ਬਟ ਮੈਂ ਐਵੇਂ ਹੀ ਬਣਾਉਂਦੀ ਹਾਂ। ਤੇ ਇਹਦੇ ਵਿੱਚ ਪਾ ਦਿੱਤੀ ਕੱਟੀ ਹੋਈ ਸਬਜ਼ੀ ਤੇ ਸਬਜ਼ੀ ਨੂੰ ਜਿਹੜਾ ਆ ਕੋਈ 1 ਮਿੰਟ ਵਾਸਤੇ ਐਵੇਂ ਜਿਹੜਾ ਆ ਪਿਆਜ਼ ਸੋਰੀ ਜੀਰੇ ਤੇ ਅੰਬਚੂਰ ਦੇ ਵਿੱਚ ਜਿਹੜਾ ਆ ਉਹ ਭੁੰਨ ਲੈਣਾ ਆ। ਫਿਰ ਇਹਦੇ ਵਿੱਚ ਜਿਹੜੇ ਰੂਟੀਨ ਦੇ ਮਸਾਲੇ ਉਹ ਪਾ ਦੇਣੇ ਆ, ਨਮਕ, ਹਲਦੀ, ਗਰਮ ਮਸਾਲਾ, ਤਿੱਗੀ ਮਿਰਚ, ਤੇ ਮੈਂ ਇੱਥੇ ਅੱਜ ਜਿਹੜੀ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਪਾ ਦਿੱਤੀ। ਮੈਂ ਕਿਹਾ ਕਿਉਂਕਿ ਸਬਜ਼ੀ ਥੋੜੀ ਸੀਗੀ ਤੇ ਮੈਂ ਸੋਚਿਆ ਜੇ ਮੈਂ ਹਰੀ ਮਿਰਚ ਪਾਈ ਤੇ ਕਿਤੇ ਜਿਹੜਾ ਮਿਰਚ ਦਾ ਟੇਸਟ ਉਹ ਜ਼ਿਆਦਾ ਨਾ ਹੋ ਜਾਵੇ, ਸੋ ਮੈਂ ਥੋੜੀ ਜਿਹੀ ਨਾ ਲਾਲ ਮਿਰਚ ਪਾਈ ਸੀਗੀ। ਬਾਜ਼ਾਰ ਦੀ ਕੁੱਟੀ ਹੋਈ ਲਾਲ ਮਿਰਚ ਅਸੀਂ ਯੂਜ਼ ਨਹੀਂ ਕਰਦੇ, ਜਦੋਂ ਘਰੇ ਹਰੀਆਂ ਮਿਰਚਾਂ ਨੂੰ ਸੁਕਾ ਕੇ ਉਹਦੇ ਤੋਂ ਜਿਹੜਾ ਆ ਉਹ ਲਾਲ ਮਿਰਚ ਬਣਾਈ ਦੀ ਆ ਤੇ ਉਹੀ ਯੂਜ਼ ਕਰੀ ਦੀ ਆ। ਸੋ ਮੈਂ 1 ਚਮਚ ਪਾਣੀ ਪਾ ਕੇ ਸਬਜ਼ੀ ਨੂੰ ਢੱਕ ਕੇ ਰੱਖ ਦਿੱਤਾ ਸੀਗਾ ਤੇ ਇਹਦੇ ਵਿੱਚ ਜਿਹੜਾ ਇਹ ਧਿਆਨ ਰੱਖਣਾ ਹੁੰਦਾ ਕਿ ਆਲੂ ਗਲ ਜਾਣ। ਆਲੂ ਹਲੇ ਨਹੀਂ ਗਲੇ ਸੀਗੇ, ਸੋ ਮੈਂ 3 ਤੋਂ 4 ਚਮਚ ਜਿਹੜਾ ਆ ਉਹ ਗਰਮ ਪਾਣੀ ਜਿਹੜਾ ਫਿਰ ਸਬਜ਼ੀ ਵਿੱਚ ਪਾ ਦਿੱਤਾ, ਇਹਨੂੰ ਜਿਹੜਾ ਫਿਰ ਢੱਕ ਕੇ ਪਕਾ ਲਿਆ। ਇਹ ਸਬਜ਼ੀ ਬਹੁਤ ਹੀ ਜਲਦੀ ਤਿਆਰ ਹੋ ਜਾਂਦੀ ਆ ਤੇ ਮੈਂ ਬਿਲਕੁਲ ਲੋ ਸੇਕ ਦੇ ਉੱਤੇ, ਮਤਲਬ ਕਿ ਬਿਲਕੁਲ ਘੱਟ ਸੇਕ ਦੇ ਉੱਤੇ ਸਬਜ਼ੀ ਬਣਾਈ ਆ। ਬਸ ਇਹੀ ਵੇਖਣਾ ਹੁੰਦਾ ਆ, ਛਿੱਲੜਾਂ ਤੇ ਬਹੁਤ ਜਲਦੀ ਗਲ ਜਾਂਦੀਆਂ ਆ, ਆਲੂਆਂ ਦੀ ਜਿਹੜੀ ਵੇਟ ਕਰਨੀ ਪੈਂਦੀ, ਆਲੂਆਂ ਦਾ ਧਿਆਨ ਰੱਖਣਾ ਪੈਂਦਾ ਕਿ ਆਲੂ ਗਲ ਜਾਣ। ਸੋ ਸਬਜ਼ੀ ਜਿਹੜੀ ਆ ਉਹ ਭੁੱਜੀ ਭੁੱਜੀ ਹੋਈ ਜਿਹੜੀ ਉਹ ਬਣਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ। ਹਾਂ, ਅਗਰ ਤੁਸੀਂ ਕੋਈ ਦਾਲ ਬਣਾਈ ਆ ਉਹਦੇ ਨਾਲ ਵੀ ਤੁਸੀਂ ਇਹ ਵਾਲੀ ਸਬਜ਼ੀ ਬਣਾ ਸਕਦੇ ਹੋ ਘੀਏ ਦੀਆਂ ਛਿੱਲੜਾਂ ਦੀ, ਜਿਵੇਂ ਆਪਾਂ ਘੀਏ ਵਾਲੀ ਦਾਲ ਬਣਾਉਂਦੇ ਆ ਨਾ ਘੀਏ ਤੇ ਛੋਲਿਆਂ ਦੀ ਦਾਲ, ਤੇ ਉਹਦੇ ਨਾਲ ਤੁਸੀਂ ਇਹ ਵਾਲੀ ਸਬਜ਼ੀ ਜਿਹੜੀ ਬਣਾ ਸਕਦੇ ਹੋ, ਬਹੁਤ ਹੀ ਟੇਸਟੀ ਲੱਗਦੀ ਆ। ਸੋ ਸਬਜ਼ੀ ਜਿਹੜੀ ਬਣ ਕੇ ਤਿਆਰ ਆ, ਸੋ ਅੱਜ ਮੈਂ ਜਿਹੜਾ ਡਿਨਰ ਇਹਦੇ ਨਾਲ ਹੀ ਕਰਨਾ ਆ। ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਊਗੀ। ਸੋ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫੋਰ ਵਾਚਿੰਗ।